ਸਭ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਇਸ ਵਕਤ ਅਸੀਂ ਪਿੰਡ ਕੋਟਲੀ ਵੀਰਾ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੈਂਦਾ ਪਿੰਡ ਹੈ, ਅਸੀਂ ਉਹ ਪਿੰਡ ਦੇ ਵਿੱਚ ਹਾਂ ਜਿਹੜਾ ਕਿ ਡੇਰਾ ਬਾਬਾ ਨਾਨਕ, ਬਲੋਕ ਵੀ ਡੇਰਾ ਬਾਬਾ ਨਾਨਕ ਅਤੇ ਹਲਕਾ ਵੀ ਡੇਰਾ ਬਾਬਾ ਨਾਨਕ ਦੇ ਵਿੱਚ ਆਉਂਦਾ ਪਿੰਡ ਹੈ। ਅਤੇ ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਆਪਣੇ ਸਰਪੰਚ ਸਾਹਿਬ ਜਿਹੜੇ ਕਿ ਸ਼ਰਨਜੀਤ ਕੌਰ ਜੀ ਅਤੇ ਵਾਈਫ ਆਫ ਤ੍ਰਿਲੋਕ ਸਿੰਘ ਜੀ, ਉਹਨਾਂ ਦੇ ਨਿਵਾਸ ਸਥਾਨ 'ਤੇ ਉਹਨਾਂ ਦੇ ਆਪਣੇ ਸਰਪੰਚ ਸ਼ਰਨਜੀਤ ਕੌਰ ਜੀ ਦੇ ਹਸਬੈਂਡ ਦੇ ਨਾਲ ਸਰਦਾਰ ਤ੍ਰਿਲੋਕ ਸਿੰਘ ਜੀ ਦੇ ਨਾਲ ਬੈਠੇ ਹਾਂ। ਅਤੇ ਅਸੀਂ ਉਹਨਾਂ ਕੋਲੋਂ ਉਹ ਸਾਰੀਆਂ ਗੱਲਾਂ ਪੁੱਛਾਂਗੇ ਅਤੇ ਸਾਰੇ ਸਵਾਲ ਪੁੱਛਾਂਗੇ ਜਿਹੜੇ ਕਿ ਅਸੀਂ ਬਾਕੀ ਹੋਰ ਪਿੰਡਾਂ ਦੇ ਸਰਪੰਚਾਂ ਕੋਲੋਂ ਆਪਣੇ ਸਰਵੇ ਦੇ ਦੌਰਾਨ ਸਵਾਲ ਪੁੱਛਦੇ ਹਾਂ। ਅਤੇ ਆਓ ਇਹਨਾਂ ਨੂੰ ਹੁਣ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਸਰਪੰਚ ਸ਼ਰਨਜੀਤ ਕੌਰ ਜੀ ਦੇ ਹਸਬੈਂਡ ਦੇ ਨਾਲ, ਸਰਦਾਰ ਤ੍ਰਿਲੋਕ ਸਿੰਘ ਦੇ ਨਾਲ। ਹਾਂਜੀ ਸਰ, ਤੁਸੀਂ ਸਭ ਤੋਂ ਪਹਿਲਾਂ ਆਪਣੇ ਪਿੰਡ ਵਾਸੀਆਂ ਨੂੰ ਕੁਛ ਕਹਿਣਾ ਚਾਹੋ? ਮੈਂ ਪਿੰਡ ਵਾਸੀਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਵਾਈਫ ਸਰਨਜੀਤ ਕੌਰ ਨੂੰ ਸਰਪੰਚ ਬਣਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਠੀਕ ਹੈ ਜੀ। ਅਤੇ ਅੱਛਾ ਸਰ, ਹੁਣ ਤੁਸੀਂ ਮੈਨੂੰ ਦੱਸੋਗੇ ਕਿ ਆਪਣੇ ਇਹ ਜਿਹੜੀ ਤੁਹਾਡੀਆਂ ਵੋਟਾਂ ਹੋਈਆਂ, ਇਹ ਇਲੈਕਸ਼ਨ ਹੋਈ ਹੈ ਕਿ ਸਰਬਸੰਮਤੀ ਨਾਲ ਬਣੀ ਹੈ ਜੀ? ਨਹੀਂ ਸਰ, ਇਹ ਸਰਬਸੰਮਤੀ ਹੋਈ ਹੈ। ਸਰਬਸੰਮਤੀ ਹੋਈ ਹੈ। ਅਤੇ ਸਰ ਆਪਣੇ ਕਿੰਨੀ ਵੋਟ ਹੁੰਦਾ ਟੋਟਲ ਪਿੰਡ ਦੀ? 175 ਵੋਟ ਹੈ ਜੀ। 175 ਵੋਟ ਹੈ, ਠੀਕ ਹੈ। ਅਤੇ ਸਰ ਆਪਣੇ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਜੀ? ਨਹੀਂ ਸਰ, ਪੰਚਾਇਤੀ ਜ਼ਮੀਨ ਨਹੀਂ ਹੈ। ਪੰਚਾਇਤੀ ਜ਼ਮੀਨ ਨਹੀਂ ਹੈਗੀ? ਨਹੀਂ ਹੈਗੀ। ਠੀਕ ਹੈ। ਅਤੇ ਸਰ ਆਪਣੇ ਜਿਹੜਾ ਕਿ ਆਪਣਾ ਅਸਲੀ ਘਰ ਹੈ, ਚਾਹੇ ਆਪਾਂ ਪੱਕੇ ਘਰਾਂ 'ਚ ਰਹੀਏ ਚਾਹੇ ਕੱਚੇ ਘਰਾਂ 'ਚ ਰਹੀਏ, ਅਤੇ ਜਿਹੜਾ ਆਪਣਾ ਅਸਲੀ ਘਰ ਹੈ ਉਹ ਤਾਂ ਸ਼ਮਸ਼ਾਨ ਘਾਟ ਹੈ। ਅਤੇ ਆਪਣੇ ਸ਼ਮਸ਼ਾਨ ਘਾਟ ਦਾ ਕਿੱਦਾਂ ਸਰ ਪਿੰਡ ਦੇ? ਸ਼ਮਸ਼ਾਨ ਘਾਟ ਦੀ ਅਜੇ ਤਿਆਰੀ ਹੋਣ ਵਾਲੀ ਹੈ ਜੀ, ਚਲੋ ਮੈਂ ਹੁਣ ਪਹਿਲ ਦੇ ਆਧਾਰ 'ਤੇ ਸ਼ਮਸ਼ਾਨ ਘਾਟ ਦੀ ਤਿਆਰੀ ਕਰਾਂਗਾ। ਠੀਕ ਹੈ ਜੀ। ਹਾਲੇ ਮਤਲਬ ਕਿ ਕੰਮ ਹੋਣ ਵਾਲਾ? ਅਜੇ ਕੰਮ ਹੋਣ ਵਾਲਾ, ਮਤਲਬ ਪਾਸ ਪੂਸ ਹੋ ਗਏ ਹੋਣੇ ਆ? ਹਾਂਜੀ ਹਾਂਜੀ। ਅਤੇ ਹੋਣ ਵਾਲੇ ਨੇ? ਹੋਣ ਵਾਲੇ, ਹੋਣ ਵਾਲੇ। ਠੀਕ ਹੈ ਜੀ। ਅਤੇ ਸਰ ਆਪਣੇ ਵਾਟਰ ਸਪਲਾਈ ਦਾ ਕਿੱਦਾਂ ਜੀ? ਵਾਟਰ ਸਪਲਾਈ ਦਾ ਅਜੇ ਟੈਂਕੀ ਤਿਆਰ ਹੋ ਰਹੀ ਹੈ ਜੀ ਪਿੰਡ ਪ੍ਰਾਚਾ ਵਿੱਚ। ਅੱਛਾ ਜੀ। ਉੱਥੋਂ ਸਾਡਾ ਪਿੰਡ ਕੋਟਲੀ ਵੀਰਾਂ ਔਰ ਇਹ ਨੰਦਿਆਂ ਵਾਲਿਆਂ ਨੂੰ ਸਪਲਾਈ ਆਏਗੀ ਜੀ। ਤੇ ਤੁਹਾਡੇ ਪਿੰਡ ਨੂੰ ਤੇ ਨੰਦਿਆਂ ਉਹ ਵੀ ਲੱਗ ਗਈ ਹੈ ਜੀ? ਹਾਂ ਜੀ, ਲੱਗ ਗਈ ਪਿੰਡ। ਠੀਕ ਹੈ ਜੀ। ਤੇ ਸਰ ਗੰਦੇ ਪਾਣੀ ਦਾ ਨਿਕਾਸ ਕਿੱਦਾਂ ਹੈ? ਗੰਦੇ ਪਾਣੀ ਦਾ ਨਿਕਾਸ ਨਹੀਂ ਜੀ ਹੈਗਾ ਜੀ, ਉਹ ਤਾਂ ਕੁਛ ਟਾਈਮ ਲੱਗੇਗਾ ਹੋਣ ਲੱਗਿਆ। ਕੋਈ ਉਹਦਾ ਸਾਹਿਬ ਨੂੰ ਅਪੀਲ ਕਰਾਂਗੇ ਕਿ ਸਾਨੂੰ ਕੁਝ ਦੇਣਗੇ, ਕੋਈ ਗ੍ਰਾਂਟ ਦੇਣਗੇ ਤਾਂ ਹੀ ਨਿਕਲ ਸਕਦਾ ਜੀ, ਤਾਂ ਹੀ ਨਿਕਲ ਸਕਦਾ। ਤੇ ਸਰ ਤੁਹਾਡਾ ਪਿੰਡ ਥਾਪੜ ਵਾੜਾ ਵਿੱਚ ਨਹੀਂ ਪਿਆ? ਨਹੀਂ ਸਰ, ਸਾਡੇ ਪਿੰਡ ਵਿੱਚ ਛੱਪੜ ਨਹੀਂ ਹੈਗਾ। ਛੱਪੜ ਹੈ ਨਹੀਂ? ਛੱਪੜ ਹੈ ਨਹੀਂ। ਅਤੇ ਫਿਰ ਪਾਣੀ ਕਿੱਥੇ ਜਾਂਦਾ ਸਰ? ਪਾਣੀ ਇਹਦੇ ਇੱਦਾਂ ਹੀ ਅੱਡਾ ਉੱਡਾ ਜਿੱਤ ਰਹਿੰਦਾ ਜੀ, ਥੋੜ੍ਹਾ ਗਾਂਹ ਪਿਛਾਂਹ ਰਹਿੰਦਾ। ਸਰ ਇਹ ਤਾਂ ਬੜੀ ਪ੍ਰੋਬਲਮ ਵਾਲੀ ਗੱਲ ਹੈ ਸਰ। ਪ੍ਰੋਬਲਮ ਤਾਂ ਪਾਣੀ, ਫਿਰ ਇਹਦਾ ਮਤਲਬ ਆਪਣੇ ਘਰਾਂ ਦੇ ਅੱਗੇ ਟੋਏ ਪੁੱਟੇ ਨੇ ਸਾਰੇ? ਨਹੀਂ ਨਹੀਂ, ਪਾਣੀ ਚਲੋ ਪਹਿਲਾਂ ਖੇਤਾਂ 'ਚ ਚੱਲ ਜਾਂਦਾ ਜੀ। ਖੇਤਾਂ 'ਚ ਜਾਂਦਾ? ਅਤੇ ਜਿਨ੍ਹਾਂ ਦੇ ਖੇਤਾਂ 'ਚ ਜਾਂਦਾ ਉਹ ਵੀ ਤਾਂ ਸਰ ਕਹਿੰਦੇ ਹੀ ਹੋਣਗੇ। ਪ੍ਰੋਬਲਮ ਤਾਂ ਹੁੰਦੀ ਆ ਜੀ, ਜਦੋਂ ਫਿਰ ਵੀ ਥੋੜ੍ਹਾ ਜਿਹਾ ਖਾਲ ਚੋਲੇ 'ਚ ਪੈ ਜਾਂਦਾ ਅੱਗੇ ਜਾ ਕੇ, ਉੱਥੇ ਜੀਵ ਜਲ ਜਾਂਦਾ। ਜੀਵ ਜਲ ਜਾਂਦਾ, ਨਿਕਾਸ ਨਹੀਂ ਹੈਗਾ। ਨਿਕਾਸ ਨਹੀਂ ਹੈਗਾ ਕੋਈ ਹੈਗਾ। ਜੀ ਮੈਂ ਕੁਲਵੰਤ ਸਿੰਘ ਪੰਜਾਬ ਫੋਕਸ ਚੈਨਲ ਤੋਂ, ਅਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਇਸ ਵਕਤ ਅਸੀਂ ਪਿੰਡ ਕੋਟਲੀ ਵੀਰਾ ਜਿੱਥੋਂ ਦੇ ਸਰਪੰਚ ਨੇ ਕਿ ਸ਼ਰਨਜੀਤ ਕੌਰ ਜੀ, ਵਾਈਫ ਆਫ ਸਰਦਾਰ ਤ੍ਰਿਲੋਕ ਸਿੰਘ ਜੀ, ਅਤੇ ਮੈਂ ਬੇਨਤੀ ਕਰਾਂਗਾ ਸਰਕਾਰ ਅੱਗੇ ਅਤੇ ਪ੍ਰਸ਼ਾਸਨ ਅੱਗੇ ਵੀ, ਅਤੇ MLA ਸਾਹਿਬ, ਮੰਤਰੀ ਸਾਹਿਬ ਅੱਗੇ, ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਅੱਗੇ, ਕਿ ਇਹ ਪਿੰਡ ਦੇ ਵਿੱਚ ਅਜੇ ਤੱਕ ਪਾਣੀ ਦੇ ਨਿਕਾਸ ਦਾ, ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈਗਾ, ਜਿਹੜਾ ਕਿ ਲੋਕ ਵਿਚਾਰੇ ਇਹ ਗੰਦਗੀ ਦੇ ਵਿੱਚ ਜੀ ਰਹੇ ਨੇ, ਅਤੇ ਲੋਕਾਂ ਦੇ ਘਰਾਂ ਦੇ ਬਾਹਰ ਪਾਣੀ ਖੜ੍ਹਾ ਰਹਿੰਦਾ ਹੈ, ਗਲੀਆਂ ਦੇ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ, ਅਤੇ ਜਿਨ੍ਹਾਂ ਦੀਆਂ ਪੈਲੀਆਂ 'ਚ ਪਾਣੀ ਪੈਂਦਾ ਹੈ ਉਹ ਵੀ ਇਤਰਾਜ਼ ਕਰਦੇ ਨੇ। ਅਤੇ ਇਸ ਕਰਕੇ ਇਹ ਪਿੰਡ ਨੂੰ ਪਹਿਲ ਦੇ ਆਧਾਰ 'ਤੇ ਇਹ ਪਿੰਡ ਦਾ ਪਾਣੀ ਦਾ ਜਿਹੜਾ ਨਿਕਾਸ ਆ, ਗੰਦੇ ਪਾਣੀ ਦੇ ਨਿਕਾਸ ਦਾ ਕੰਮ ਜਿਹੜਾ ਹੈ ਉਹ ਜ਼ਰੂਰੀ ਹੋਣਾ ਚਾਹੀਦਾ ਹੈ, ਅਤੇ ਕਿਉਂਕਿ ਇਹ ਪਿੰਡ ਜਿਹੜਾ ਹੈ ਇਹ ਵੀ ਗੰਦਗੀ ਤੋਂ ਨਿਜਾਤ ਪਾ ਸਕੇ। ਅਤੇ ਅੱਛਾ ਸਰ, ਇਹ ਤਾਂ ਗੰਦੇ ਪਾਣੀ ਦਾ ਧੋ ਗਿਆ, ਅਤੇ ਕਿੰਨੇ ਇਹ ਕਿੰਨੇ ਚਿਰ ਤੋਂ ਸਰ ਇੱਦਾਂ ਹੀ ਹੈ ਜੀ? ਇਹ ਜਦੋਂ ਤਾਂ ਅਸੀਂ ਹੁਣ ਜੰਮੇ ਪਲਿਆ ਸੀ ਇੱਦਾਂ। ਅੱਛਾ, ਸ਼ੁਰੂ ਤੋਂ ਮਤਲਬ ਇੱਦਾਂ ਹੀ ਚੱਲਦਾ ਹੁੰਦਿਆ? ਸ਼ੁਰੂ ਤੋਂ ਇੱਦਾਂ। ਅਤੇ ਸਰ ਅਜੇ ਤੱਕ ਕਿਸੇ ਵੀ ਸਰਪੰਚ ਨੇ ਨਹੀਂ ਇਹ ਸੋਚਿਆ? ਨਹੀਂ ਜੀ, ਅਜੇ ਤੱਕ ਨਹੀਂ ਜੀ। ਕਿਸੇ ਵੀ ਸਰਪੰਚ ਨੇ ਨਹੀਂ ਜੀ? ਨਹੀਂ, ਅੱਗੇ ਛੱਪੜ ਹੈਗੇ ਨੇ, ਕਿਸੇ ਦੀ ਪੈਲੀ 'ਚ ਬਣਿਆ ਸੀ ਉਹਨਾਂ ਪੂਰ ਲਏ ਨੇ। ਅੱਛਾ, ਜਿਹੜੇ ਕੋਈ ਕਬਜ਼ੇ ਕਰ ਲਏ ਨੇ? ਕਿਸੇ ਦੀ ਜਾਇਦਾਦ ਸੀ ਜੀ,
ਜਿਆਦਾ ਤੇ ਵਿੱਚ ਹੈਗਾ ਅੱਛਾ ਜਿਆਦਾ ਹੀ ਆ ਤੇ ਫਿਰ ਪੂਰੀ ਲੈਣਾ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਕੋਈ ਸਾਮਲਾਟ ਜਗ੍ਹਾ ਹੋਏਗਾ ਜਿਹੜਾ ਖਾਂਦੇ ਹੋਏ ਹੌਲੀ ਹੌਲੀ ਤੁਰਿਆ ਰਹਿੰਦਾ ਕੋਈ ਥੋੜਾ ਬਹੁਤਾ ਸਾਮਲਾਟ ਜਗ੍ਹਾ 'ਚ ਹੀ ਹੈਗਾ ਸੀ ਉਹ ਵੀ ਉਹਨਾਂ ਨੇ ਫਿਰ ਜਦੋਂ ਲੱਗ ਗਿਆ ਕਬਜ਼ਾ ਲੱਗ ਗਿਆ ਉਹ ਵੀ ਕਰ ਲਿਆ ਉਹਨਾਂ ਨੇ ਠੀਕ ਹੈ ਤੇ ਸਰ ਆਪਣਾ ਕੋਈ ਜੰਜ ਘਰ ਕੋਈ ਪੰਚਾਇਤ ਘਰ ਜਾਂ ਧਰਮਸ਼ਾਲਾ ਨਹੀਂ ਜੀ ਇੱਥੇ ਸਾਰੇ ਜਿਹੜੇ ਨਾ ਇਹ ਜੱਟ ਬਰਾਦਰੀ ਰਹਿ ਰਹੀ ਹੈ ਜੀ ਅੱਛਾ ਜੀ ਤੇ ਕੋਈ ਸ਼ਮਸ਼ਾਨ ਘਾਟ ਦੂਜਾ ਜੰਜ ਘਰ ਨਹੀਂ ਜਿਹੜਾ ਨਾ ਧਰਮਸ਼ਾਲਾ ਜੀ ਅੱਛਾ ਅੱਛਾ ਉਹ ਨਹੀਂ ਹੈਗੇ ਪਰ ਸਰ ਪੰਚਾਇਤ ਘਰ ਤੇ ਜ਼ਰੂਰੀ ਹੋਣੀ ਵੀ ਉੱਥੇ ਮੀਟਿੰਗ ਹੁੰਦੀ ਹੈ ਪੰਚਾਇਤ ਦੀ ਨਹੀਂ ਜੀ ਹੈਗਾ ਸਕੂਲ ਹੈਗਾ ਜੀ ਪੰਜਵੀਂ ਤੱਕ ਉਦੋਂ ਵੀ ਦਫ਼ਤਰ ਬੰਦ ਪਿਆ ਬੱਚੇ ਨਹੀਂ ਗਏ ਬੱਚੇ ਨਹੀਂ ਆਉਂਦੇ ਹਾਂ ਜੀ ਠੀਕ ਹੈ ਜੀ ਅਤੇ ਆਪਣਾ ਸਰ ਇਸ ਤੋਂ ਇਲਾਵਾ ਜਿਹੜੇ ਕੈਟਲ ਸੈੱਡ ਨੇ ਹੁਣ ਸਕੀਮ ਚਲਾਈ ਸੀ ਸਰਕਾਰ ਨੇ ਕੈਟਲ ਸੈੱਡ ਦੀ ਤੇ ਆਪਣੇ ਪਿੰਡ 'ਚ ਕਿੰਨੇ ਕੈਟਲ ਸੈੱਡ ਨੇ ਜਿਹੜੇ ਪਾਸ ਹੋਏ ਸੀ ਤੇ ਕਿੰਨੇ ਬਣੇ ਨੇ ਤੇ ਕਿੰਨੇ ਬਣਨ ਵਾਲੇ ਨੇ ਪਾਸ ਅਜੇ ਨਹੀਂ ਹੋਏ ਦਿੱਤੇ ਨੇ ਆਪਾਂ ਉਹਨਾਂ ਲਿਖ ਕੇ ਜੀ ਦਿੱਤੇ ਨੇ ਮਤਲਬ 5-7 ਦਿੱਤੇ ਨੇ ਅੱਛਾ ਜੀ ਜਿਹੜੀ ਕੋਈ ਬਣ ਵੀ ਰਹੇ ਨੇ ਇੱਕ ਦੋ ਬਣ ਰਹੇ ਨੇ ਬਣ ਰਹੇ ਨੇ ਤੇ ਉਹਦੇ ਵਾਸਤੇ ਚਲੋ ਬਣ ਕੇ ਤੇ ਫਿਰ ਹੀ ਉਹ ਪੇਮੈਂਟ ਪੈਂਦੀ ਹੈ ਉਹਦੇ ਲਈ ਤਿਆਰੀ ਠੀਕ ਹੈ ਜੀ ਤੇ ਸਰ ਕੋਈ ਸਟਰੀਟ ਲਾਈਟਾਂ ਲੱਗੀਆਂ ਨੇ ਪਿੰਡ 'ਚ ਨਹੀਂ ਸਟਰੀਟ ਲਾਈਟਾਂ ਵੀ ਹੈ ਨੀ ਇਹਦਾ ਮਤਲਬ ਆ ਕਿ ਸਰ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਕੀਤਾ ਹੀ ਕੱਖ ਨਹੀਂ ਨਹੀਂ ਕੁਛ ਨਹੀਂ ਕੀਤਾ ਉਹਨਾਂ ਨੇ ਇਹਦਾ ਠੀਕ ਹੈ ਤੇ ਸਰ ਇਸ ਤੋਂ ਇਹ ਤੇ ਚਲੋ ਸਟਰੀਟ ਲਾਈਟਾਂ ਦੀ ਵੀ ਪੁੱਛ ਲਿਆ ਸਾਰਾ ਤੁਹਾਨੂੰ ਪੁੱਛ ਲਿਆ ਹੈ ਕਿ ਜਿਹੜੀਆਂ ਮੇਨ ਮੇਨ ਇਹ ਗੰਦਗੀ ਦਾ ਵੀ ਸਰ ਸਭ ਤੋਂ ਵੱਡੀ ਗੰਦਗੀ ਹੁੰਦੀ ਹੈ ਕਿ ਪਿੰਡ ਦੇ ਵਿੱਚ ਗੰਦਗੀ ਨਾ ਹੋਵੇ ਅਤੇ ਆਪਣੇ ਪਿੰਡ ਦੇ ਵਿੱਚ ਤਾਂ ਤੁਸੀਂ ਦੱਸਣ ਡਿਆ ਕਿ ਇਹ ਆਪਣਾ ਛੱਪੜੀ ਹੈ ਨਹੀਂ ਅਤੇ ਪਾਣੀ ਸਰ ਜਿਹੜਾ ਹੈ ਉਹ ਨਾਲੀਆਂ 'ਚ ਹੀ ਖੜਾ ਰਹਿੰਦਾ ਹੋਣਾ ਹੈ ਅਤੇ ਗਲੀਆਂ ਦੇ ਵਿੱਚ ਹੀ ਰੁਕਦਾ ਰਹਿੰਦਾ ਹੋਣਾ ਜਦੋਂ ਓਵਰਫਲੋ ਹੋ ਜਾਂਦਾ ਹੋਣਾ ਅਤੇ ਬਾਰਿਸ਼ 'ਤੇ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਹੋਣਾ ਅਤੇ ਇਹ ਸਰ ਇਸ ਤੋਂ ਇਲਾਵਾ ਸਰ ਜਿੱਦਾਂ ਕਿ ਆਪਣੇ ਕੋਈ ਪਾਰਕ ਜਾਂ ਕੋਈ ਗਰਾਊਂਡ ਨਹੀਂ ਜੀ ਨਾ ਇੱਥੇ ਗਰਾਊਂਡ ਆ ਅਤੇ ਨਾ ਇੱਥੇ ਪਾਰਕ ਜੀ ਅੱਛਾ ਨਾ ਗਰਾਊਂਡ ਨਾ ਪਾਰਕ ਉਹ ਵੀ ਨਹੀਂ ਹੈਗੀ ਤੇ ਸਰ ਆਪਣਾ ਪਿੰਡ ਥਾਪੜ ਮਾਡਲ ਚ ਪਿਆ ਨਹੀਂ ਜੀ ਛੱਪੜ ਹੋਏ ਤੇ ਫਿਰ ਹੀ ਪੈਣਾ ਛੱਪੜ ਹੈ ਨਹੀਂ ਹੋਵੇ ਤਾਂ ਹੈ ਹੀ ਨਹੀਂ ਛੱਪੜਾਂ ਦਾ ਨਿਸ਼ਾਨ ਦੀ ਹੋ ਜਾਣੀ ਨਿਸ਼ਾਨ ਹੈ ਹੀ ਨਹੀਂ ਛੱਪੜ ਛੱਪੜੀ ਨਹੀਂ ਹੈਗਾ ਸਾਡੇ ਪਿੰਡ ਚ ਠੀਕ ਹੈ ਤੇ ਸਰ ਇਹ ਤੁਸੀਂ ਸਰਕਾਰ ਅੱਗੇ ਅਪੀਲ ਕਰਨੀ ਸੀ ਕਿ ਸਾਡੇ ਪਿੰਡ ਛੱਪੜ ਨੂੰ ਛੱਪੜ ਬਣਨਾ ਚਾਹੀਦਾ ਵਾ ਕਿ ਜਿੱਥੇ ਪਿੰਡ ਦਾ ਪਾਣੀ ਜਾਵੇ ਅਤੇ ਜਾਂ ਫਿਰ ਸਾਡੇ ਪਿੰਡ ਦੇ ਵਿੱਚ ਸੀਵਰੇਜ ਪਾ ਕੇ ਅਤੇ ਇਹਨੂੰ ਕਿਤੇ ਦੂਰ ਡਰੇਨ ਦੇ ਵਿੱਚ ਸੁੱਟਿਆ ਜਾਵੇ ਵੀ ਸਾਡੇ ਪਿੰਡ ਦਾ ਜਿਹੜਾ ਪਾਣੀ ਆ ਇਹਦੇ ਨਾਲੀਆਂ 'ਚ ਅਤੇ ਗਲੀਆਂ 'ਚ ਖੜਿਆ ਰਹਿੰਦਾ ਜਿਹਦੇ ਨਾਲ ਕਿ ਕਈ ਬਿਮਾਰੀਆਂ ਫੈਲਦੀਆਂ ਨੇ ਭਾਈ ਉਹ ਸਾਡੇ ਲਾਗੇ ਇੱਕ ਨਾਲਾ ਚੱਲ ਰਿਹਾ ਸੇਮ ਨਾਲਾ ਉਹਦੇ ਵਿੱਚ ਚਲੋ ਹਾਂ ਬੇਨਤੀ ਕੀਤੀ ਰੰਧਾਵਾ ਸਾਹਿਬ ਨੂੰ ਹਾਂਜੀ 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 ਉਹ ਵੀ ਪਾਈਪ ਲਾਈਨ ਪਾ ਕੇ ਸੁੱਟਿਆ ਜਾਵੇ ਬਿਲਕੁਲ ਸਰ ਸਹੀ ਗੱਲ ਹੈ ਅਤੇ ਅੱਛਾ ਸਰ ਆਪਣਾ ਓਪਨ ਜਿੰਮ ਹੈ ਜੀ ਪਿੰਡ ਦੇ ਵਿੱਚ ਕੋਈ ਹਾਂਜੀ ਓਪਨ ਜਿੰਮ ਸਮਾਨ ਮਿਲਣਾ ਵਾ ਰੰਧਾਵਾ ਸਾਹਿਬ ਕਹਿੰਦੇ ਸੀ ਆਹੋ ਤੁਸੀਂ ਤੁਹਾਡੇ ਕੋਲ ਲੈ ਕੇ ਜਾਓ ਫਾਰਮ ਦਿੱਤੇ ਨਾ ਤੇ ਜਿੰਮ ਵੀ ਸਰ ਜ਼ਰੂਰ ਏ ਜਿੰਮ ਦਾ ਵੀ ਮਤਾ ਪਾਓ ਅੱਜ ਕੱਲ੍ਹ ਹਰ ਇੱਕ ਪਿੰਡ ਦੇ ਵਿੱਚ ਜਿੰਮ ਲੱਗ ਰਹੀ ਆ ਅਤੇ ਤੁਸੀਂ ਸਾਡੇ ਚੈਨਲ ਦੇ ਰਾਹੀਂ ਕਹਿ ਸਕਦੇ ਜੇ ਸਰ ਸਰਕਾਰ ਨੂੰ ਜਾਂ ਆਪਣੇ MLA ਸਾਹਿਬ ਨੂੰ ਮੰਤਰੀ ਸਾਹਿਬ ਨੂੰ ਸਾਡੇ ਇੱਧਰ ਪਿੰਡ ਦਾ ਵਿਕਾਸ ਹੁਣ ਤਾਂ ਚਾਲੂ ਹੋ ਰਿਹਾ ਜੀ ਅਤੇ ਮੰਤਰੀ ਸਾਹਿਬ ਤਾਂ ਸਾਡਾ ਬਹੁਤ ਸਾਥ ਦਿੰਦੇ ਨੇ ਹਾਂਜੀ ਹਾਂਜੀ ਜਦੋਂ ਕੋਈ ਇਹ ਚੀਜ਼ ਦੀ ਸਰ ਤੁਹਾਡੇ ਤਾਂ ਮੰਤਰੀ ਸਾਹਿਬ ਵੀ ਬਹੁਤ ਵਧੀਆ ਨੇ ਉਹ ਤਾਂ ਸਰ ਆਪ ਕਹਿੰਦੇ ਨੇ ਸਰਪੰਚਾਂ ਨੂੰ ਕਿ ਤੁਸੀਂ ਕੰਮ ਕਰੋ ਤੁਸੀਂ ਪੈਸਿਆਂ ਦੀ ਟੈਨਸ਼ਨ ਨਾ ਲਓ ਗ੍ਰਾਂਟ ਦੀ ਤੁਸੀਂ ਟੈਨਸ਼ਨ ਨਾ ਲਓ ਜਦੋਂ ਤੁਹਾਡੇ ਕੋਲ ਪੈਸੇ ਮੁੱਕ ਜਾਂਦੇ ਮੇਰੇ ਕੋਲ ਆ ਜਾਓ ਅਤੇ ਗ੍ਰਾਂਟ ਲੈ ਜਾਓ ਅਤੇ ਇਹ ਤੁਸੀਂ ਹੁਣ ਪਿੰਡ ਦਾ ਕੰਮ ਸਟਾਰਟ ਕੀਤਾ ਹੈ ਜਿਹੜਾ ਅਤੇ ਇਹ ਸਰ ਆਪਣਾ ਇਹ ਆਪਾਂ ਦੇਖ ਸਕਦੇ ਜਿਹੜਾ ਕੀਤਾ ਸਰ ਥੋੜ੍ਹਾ ਜਿਹਾ ਕੰਮ ਸਟਾਰਟ ਦੇਖ ਸਕਦੇ ਜੀ ਦੇਖੋ ਠੀਕ ਹੈ ਜੀ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਅਸੀਂ ਇਸ ਵਕਤ ਪਿੰਡ ਕੋਟਲੀ ਵੀਰਾ ਜਿਹੜਾ ਕਿ ਪਿੰਡ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੈਂਦਾ ਪਿੰਡ ਹੈ ਮੇਰੇ ਖਿਆਲ ਦੇ ਨਾਲ ਅਸੀਂ ਜਿੰਨਾ ਵੀ ਗੁਰਦਾਸਪੁਰ ਡਿਸਟ੍ਰਿਕਟ ਦੇ ਪਿੰਡ ਕਵਰ ਕੀਤੇ ਨੇ ਅਸੀਂ ਜਿੰਨੇ ਪਿੰਡ ਕਵਰ ਕੀਤੇ ਸਾਰੇ ਪਿੰਡਾਂ ਦੇ ਵਿੱਚੋਂ ਅਸੀਂ ਇਹ ਪਿੰਡ ਦੇਖਿਆ ਹੈ ਕਿ ਜਿਹੜਾ ਸਭ ਤੋਂ ਸਾਨੂੰ ਪਛੜਿਆ ਪਿੰਡ ਲੱਗ ਰਿਹਾ ਹੈ
कि जिथे सब तो लेट काम स्टार्ट हो रहा है, सब तो लेट, तो इत्थे गंदगी का इन्ना क ज़्यादा है कि इत्थे पानी छप्पड़ नहीं है, तो लोगों के जेडे पानी ने पता नहीं किधर नू जाते हैं, तो किधर नू नहीं जाते कोई पता ही नहीं लगता, क्योंकि छप्पड़ ही है नहीं इत्थे, तो ना कोई होर सीवरेज का प्रबंध हैगा है कि सीवरेज के पानी पै जाएगा। तो ये असी अपने चैनल वालों भी अपील करते हैं सरकार अगे कि यह पिंड दे विच पानी का जिहड़ा निकास, गंदे पानी का निकास है वो जरूर होना चाहिए है, तो वो जे मतलब कि लोगों जिदे तो गंदगी तो निजात मिल सके। मैं कुलवंत सिंह ढिल्लों पंजाब फोकस चैनल तो